सारे पंजाब जानू है, सारा भारत जानूगा भी केजरीवाल साहब किन्ना कि घूमते हैं। हर हुण दे मतलब दा पिछले साल तो लैके हुण तक हरेक स्टेट दे विच चार तो पांच स्टेटा दे विच इलैक्शन चल रहे, उत्थे आपदी पार्टी दा प्रचार करन जांदे आ। आए महीने 10 तो 15 दिन टूर ते रहिंदे आ, तां उहदा जिहड़ा खर्चा कित्थों जा रहा? अप्रैल तो बाद एक भी पता नहीं लिया, तां खर्चा जा रहा जी पंजाब दे खजाने चों, क्योंकि ये गल क्लीयर है, क्योंकि अप्रैल तो बाद जड़ी हैगी है वह आम आदमी पार्टी दी पंजाब दे विच सरकार बन गई। पंजाब दा खजाना भगवंत मान साहब दे हत्थ आ गया, पंजाब दा खजाना सुप्रीमो आप सुप्रीमो अरविंद केजरीवाल साहब दे हत्थ आ गया, तां ओह जिहड़ा हैगा पंजाब दे खजाने दे उत्ते अदर स्टेटां दे विच झूटे लैंदे फिरदे आ, ते जिहड़ा पंजाब दा खजाना हैगा बोझ उहदे उत्ते पै रहा हैगा। क्योंकि जे दिल्ली दे विच मुख्यमंत्री साहब ने किते भी जाना तो इकोनॉमी क्लास चो उन्हां नूं जाना पऊगा, क्योंकि उत्थे बैठा एल जी, तो एक टिकट करा के जाना पऊगा उन्हां नूं, एक आम पसेंजर दे तौर ते टिकट करा के उन्हां नूं जाना पऊगा। पर पंजाब दा जदों खजाना हत्थ आया तो प्राइवेट जैट भी खरीदे गए। एक छोटा जिहा पंजाब है, छोटा बिल्कुल, जे तुसीं इंडिया दा मैप देख लो छोटा जिहा पंजाब है जिहनूं की प्राइवेट जैट की लोड़ ही नहीं। पिछले 70 सालां नूं लोड़ पई ਤਾਂ ਮੁੱਖ ਮੰਤਰੀ ਸਾਹਿਬ ਨੇ ਇੱਕ ਅਰਵਿੰਦ ਕੇਜਰੀਵਾਲ ਵਾਸਤੇ ਪ੍ਰਾਈਵੇਟ ਜੈਟ ਜਿਹੜਾ ਉਹ ਹਾਇਰ ਕੀਤਾ, ਕਿਉਂਕਿ ਉੱਥੇ ਉਹ ਇਕਨੋਮਿਕ ਕਲਾਸ 'ਚ ਐਜ਼ ਏ ਪੈਸੰਜਰ ਜਾਂਦੇ ਸੀ, ਤਾਂ ਇੱਕ ਆਮ ਘਰਾਂ ਦੇ ਕਹਿੰਦੇ ਵੀ ਹੁਣ ਅਸੀਂ VIP ਫੈਸਿਲਿਟੀ ਲਵਾਂਗੇ, ਕਿਉਂਕਿ ਸਾਡੇ ਅੱਜ ਖਜ਼ਾਨਾ ਲੱਗ ਗਿਆ ਸਾਡੇ। ਪਹਿਲੀ ਗੱਲ ਤਾਂ ਭਗਵੰਤ ਮਾਨ ਸਾਹਿਬ ਦੀ ਮਜਾਲ ਹੀ ਨਹੀਂ ਵੀ ਕੇਜਰੀਵਾਲ ਸਾਹਿਬ ਨੂੰ ਮਨਾ ਕਰ ਦੇਣ, ਕਿਉਂਕਿ ਉਹ ਜਦੋਂ ਵੀ ਫੋਨ ਕਰਦੇ ਆ ਵੀ ਭਗਵੰਤ ਮਾਨ ਸਾਹਿਬ ਅੱਜ ਆਪਾਂ ਅਦਰ ਸਟੇਟ ਦੇ ਵਿੱਚ ਪ੍ਰਚਾਰ ਕਰਨ ਲਈ ਜਾਣਾ ਤਾਂ ਤੁਸੀਂ ਜਹਾਜ਼ ਕੱਢੋ, ਤਾਂ ਭਗਵੰਤ ਮਾਨ ਸਾਹਿਬ ਦੀ ਮਜਾਲ ਨਹੀਂ ਵੀ ਉਹ ਸੀਐਮ ਸਾਹਿਬ ਅਰਵਿੰਦ ਕੇਜਰੀਵਾਲ ਨੂੰ ਆਪਦੇ ਸੁਪਰੀਮੋ ਨੂੰ ਜਵਾਬ ਦੇ ਦੇਣ। ਰਜਨਦੀਪ, ਜਦੋਂ ਸਰਕਾਰ ਬਣਨ ਤੋਂ ਪਹਿਲਾਂ ਤਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਆਮ ਘਰਾਂ ਦੇ ਆਮ ਸਿਸਟਮ ਵਾਂਗ ਚੱਲਾਂਗੇ ਸਾਰਾ ਕੁਝ। ਦੇਖੋ ਜੀ, ਸਾਰੇ MLA ਇਹਨਾਂ ਨੇ ਆਪਦਾ ਜਿਹੜਾ ਏਜੰਡਾ ਸੀ ਉਹ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਸੀ, ਇੱਕ ਧੋਖੇ ਦੀ ਰਾਜਨੀਤੀ ਕਰਕੇ ਆਮ ਘਰਾਂ ਦੇ ਮੁੰਡੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਮੋਸ਼ਨਲ ਕਰਕੇ, ਪੰਜਾਬ ਦੇ ਲੋਕ ਭੋਲੇ ਆ, ਪੰਜਾਬ ਦੇ ਲੋਕ ਪਿੱਛੇ ਲੱਗ ਗਏ, ਆਮ ਲੋਕਾਂ ਨੂੰ ਇਮੋਸ਼ਨਲ ਕਰਕੇ ਇਹ ਪੰਜਾਬ ਦੇ ਵਿੱਚ ਸਰਕਾਰ ਲਿਆਏ। ਇਹਨਾਂ ਦੀ ਸਰਕਾਰ ਲਿਆਂਦੀ ਜੀ, ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲੈਂਦੇ, ਅਸੀਂ ਤਾਂ ਜੀ ਪੰਜਾਬ ਦਾ ਖਜ਼ਾਨਾ ਜਿਹੜਾ 70 ਸਾਲਾਂ ਵਾਲਿਆਂ ਨੇ ਖਾਧਾ ਉਹ ਅਸੀਂ ਵਸੂਲਾਂਗੇ, ਆਪ ਅਸੀਂ ਕੋਈ ਖਰਚਾ ਨਹੀਂ ਕਰਦੇ। ਤਾਂ ਜਦੋਂ ਦੀ ਇਹਨਾਂ ਦੀ ਸਰਕਾਰ ਆ ਗਈ, ਮੈਨੂੰ ਲੱਗਦਾ ਸਭ ਤੋਂ ਵੱਧ ਜਿਹੜੇ ਇਸ਼ਤਿਹਾਰ ਦੇ ਉੱਤੇ ਪੈਸਾ ਖਰਚਿਆ ਜਾ ਰਿਹਾ ਹੈਗਾ ਉਹ ਭਗਵੰਤ ਮਾਨ ਸਾਹਿਬ ਵੱਲੋਂ ਖਰਚਿਆ ਜਾ ਰਿਹਾ ਹੈਗਾ। ਨਾਲੇ ਇਹ ਵੀ ਗੱਲ ਕਹੀ ਜਾਂਦੀ ਸੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਜਦੋਂ ਸਰਕਾਰ ਨਹੀਂ ਬਣੀ ਹੁੰਦੀ ਸੀ ਉਹ ਕਹਿੰਦੇ ਵੀ ਅਸੀਂ ਕੋਈ ਵੀ ਮਸ਼ਹੂਰੀ ਨਹੀਂ ਕਰਾਂਗੇ, ਕਿਉਂਕਿ ਕਹਿੰਦੇ ਦੂਜੀਆਂ ਜਿਹੜੀਆਂ ਮੈਂ 70 ਸਾਲਾਂ ਦੀ ਪਾਰਟੀਆਂ ਦੀ ਗੱਲ ਕਰਾਂ ਕਹਿੰਦੇ ਉਹਨਾਂ ਦੇ ਪਤੀਲਿਆਂ ਤੇ ਫੋਟੋਆਂ ਟੈਂਕੀਆਂ ਵਾਲੇ ਪਾਣੀ ਵਾਲੇ ਟੈਂਕੀਆਂ ਤੇ ਫੋਟੋਆਂ। ਦੇਖੋ ਜੀ, ਇਹਨਾਂ ਨੇ ਜ਼ਰੂਰ ਕਿਹਾ ਸੀ ਵੀ ਅਸੀਂ ਪ੍ਰਚਾਰ ਨਹੀਂ ਕਰਾਂਗੇ, ਪਰ ਤੁਸੀਂ ਦੇਖਿਆ ਹੋਊਗਾ ਅੱਜ ਕੱਲ ਤਾਂ ਹੁਣ ਅਮੁੱਲ ਦੇ ਜਿਹੜੇ ਵੇਰਕਾ ਦੇ ਜਿਹੜੇ ਪ੍ਰੋਡਕਟ ਹੈ ਉਹਨਾਂ ਦੇ ਗੱਤਿਆਂ ਤੇ ਵੀ ਮੁੱਖ ਮੰਤਰੀ ਸਾਹਿਬ ਦੀ ਫੋਟੋ ਹੈ। ਇੱਕ ਪੰਜਾਬ ਦੀ ਅਫੀਸ਼ੀਅਲ ਡੈਰੀ ਹੁੰਦੀ ਸੀ ਜਦੋਂ ਕਿ ਪਿਛਲੀਆਂ ਸਰਕਾਰਾਂ ਇੱਕ ਓਮਕਾਰ ਜੀ ਦਾ ਲੋਗੋ ਲੱਗਿਆ ਹੁੰਦਾ ਸੀਗਾ, ਪਰ ਜਦੋਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਇੱਥੇ ਆ ਗਈ, ਆਮ ਬੰਦਿਆਂ ਦੀ ਸਰਕਾਰ ਆ ਗਈ, ਆਮ ਬੰਦਿਆਂ ਨੇ ਆਪਦੇ ਖਾਸ ਖਰਚੇ ਕਰਨੇ ਸ਼ੁਰੂ ਕਰ ਦਿੱਤੇ, ਉਸ ਡੈਰੀ ਦੇ ਉੱਤੋਂ ਆਪਦੀ ਇੱਕ ਓਮਕਾਰ ਜੀ ਦੀ ਫੋਟੋ ਲੋਗੋ ਨੂੰ ਰਿਮੂਵ ਕਰਕੇ ਆਪਦੀ ਜਿਹੜੀ ਇੱਕ ਫੋਟੋ ਲਾ ਦਿੱਤੀ ਗਈ। ਵੀ ਜਦੋਂ ਤੁਸੀਂ ਡੈਰੀ ਦੇਖੋਗੇ ਪਹਿਲਾਂ ਲੱਗਦਾ ਸੀ ਯਾਰ ਵੀ ਅਫੀਸ਼ੀਅਲ ਡੈਰੀ ਹੈ, ਪਰ ਹੁਣ ਜਦੋਂ ਦੇਖਦੇ ਆ ਵੀ ਅਗਲਾ ਕਹਿੰਦਾ ਆਮ ਆਦਮੀ ਪਾਰਟੀ ਦੀ ਡੈਰੀ ਹੈ ਜੀ, ਇੱਕ ਮੁੱਖ ਮੰਤਰੀ ਸਾਹਿਬ ਦੀ ਆਪਦੀ ਫੋਟੋ ਲਾ ਕੇ, ਤਾਂ ਕਿਸੇ ਵੀ ਇਹ ਵਾਅਦੇ ਤੇ ਕੋਈ ਖਰੇ ਨਹੀਂ ਉਤਰੇ। ਤੁਸੀਂ ਦੇਖਿਆ ਜਾਓ ਹੋਊਗਾ ਤਾਂ 100 ਤੋਂ 120 ਟੂਰ ਇਹ ਕਰ ਚੁੱਕੇ ਹੋਣਗੇ ਜਦੋਂ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਆ ਜਹਾਜ਼ ਤੇ ਪ੍ਰਾਈਵੇਟ ਜੈਟ ਤੇ, ਜਿੱਥੇ ਕਿ 9 ਸੀਟਾਂ ਦਾ ਜੈਟ ਇਹਨਾਂ ਨੇ ਪਹਿਲਾਂ ਵੀ ਇੱਕ ਟੈਂਡਰ ਪਾਇਆ ਸੀਗਾ ਜੀ, ਉਦੋਂ ਬੜੀ ਹਲਬਲੀ ਮੱਚੀ ਵੀ ਇੱਕ ਆਮ ਘਰ ਦੇ ਬੰਦੇ ਨੂੰ ਇੱਕ VIP ਜੈਟ ਦੀ ਲੋੜ ਕੀ ਹੈ, ਛੋਟੇ ਜਿਹੇ ਪੰਜਾਬ ਨੂੰ ਕੀ ਲੋੜ ਹੈ। ਤਾਂ ਭਗਵੰਤ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਦੇ ਪੰਜਾਬ ਦੇ ਖਜ਼ਾਨੇ ਦੇ ਜਹਾਜ਼ ਤੇ ਸਾਡੇ ਜਹਾਜ਼ ਤੇ ਮੇਰੇ ਦਿੱਤੇ ਪੈਸੇ ਤੇ ਤੁਹਾਡੇ ਦਿੱਤੇ ਪੈਸੇ ਤੇ ਕੇਜਰੀਵਾਲ ਸਾਹਿਬ ਨੂੰ ਝੂਟੇ ਦਿਵਾਏ ਜਾ ਰਹੇ ਆ। ਪਿਛਲੀਆਂ ਸਰਕਾਰਾਂ 70 ਸਾਲ ਰਾਜ ਕਰ ਗਈਆਂ, ਕਿਸੇ ਨੇ ਤਾਂ ਕਾਂਗਰਸ ਵਾਲਿਆਂ ਨੇ ਕਦੇ ਰਾਹੁਲ ਗਾਂਧੀ ਨੂੰ ਨਹੀਂ ਆਪਦੇ ਜਹਾਜ਼ ਤੇ ਘੁਮਾਇਆ ਅਦਰ ਸਟੇਟਾਂ 'ਚ ਲੈ ਕੇ, ਕਿਸੇ ਬਾਦਲ ਸਾਹਿਬ ਕਿਆਂ ਨੇ ਨਹੀਂ ਕਦੇ ਮੋਦੀ ਸਾਹਿਬ ਨੂੰ ਅਦਰ ਸਟੇਟਾਂ 'ਚ ਪੰਜਾਬ ਦੇ ਜਹਾਜ਼ ਤੇ ਬੜਾਇਆ। ਇਹ ਇਕੱਲੇ ਇਨਕਲਾਬੀ ਆਏ ਆ ਜਿਹੜੇ ਕਿ ਅਦਰ ਸਟੇਟਾਂ ਦੇ ਵਿੱਚ ਆਪਦੇ ਸੁਪਰੀਮੋ ਨੂੰ ਪੰਜਾਬ ਦੇ ਖਜ਼ਾਨੇ ਦੇ ਉੱਤੇ ਝੂਟੇ ਦਿਵਾਉਂਦੇ ਫਿਰਦੇ ਆ।